ਸੋ ਇਹ ਸੋਸ਼ਲ ਮੀਡੀਆ ਤੇ ਨਹੀਂ ਜਾਣਾ ਸੋ ਕਿਉਂਕਿ ਬਹੁਤ ਸਾਰੇ ਲੋਕ ਇੰਡੀਆ ਚ ਵੀ ਬਹੁਤ ਕੁਛ ਅਚੀਬ ਕਰ ਗਏ ਨੇ ਤੇ ਬਹੁਤ ਲੋਕ ਹਜੇ ਤੱਕ ਵੀ ਸਟਰਗਲ ਕਰ ਰਹੇ ਨੇ ਸੋ ਉਹੀ ਕੈਨੇਡਾ ਦੇ ਵਿੱਚ ਆ ਗੱਲ ਕੀ ਹੈਗੇ ਤੁਸੀਂ ਆਪਣੇ ਆਪ ਤੇ ਪੂਰਾ ਫੇਥ ਕਰਨਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਰਹਿਣਾ ਹੈਗਾ ਸੋ ਸਰ ਰੀਸੈਂਟਲੀ ਬੈਂਡਸ ਨੂੰ ਲੈ ਕੇ ਵੀ ਅਪਡੇਟ ਆਇਆ ਪੀਟੀ ਸਟੂਡੈਂਟ ਜਿਹੜੇ ਹੈਗੇ ਸੀ ਉਹਨਾਂ ਲਈ ਵੀ ਮੁਬਾਰਕਾ ਜੀ ਉਹਨਾਂ ਨੂੰ ਕਿ ਪੀਟੀ ਸ਼ਾਇਦ ਦੁਬਾਰਾ ਹੋਣਾ ਹੈ ਜੀ ਸੋ ਸਟੂਡੈਂਟ ਬਹੁਤ ਹੀ ਵੱਡਾ ਅਪਡੇਟ ਹੈ ਮੈਨੂੰ ਲੱਗਦਾ ਕਿ ਇਸ ਸਾਲ ਤੋਂ ਇਸ ਸਾਲ ਦਾ ਸਭ ਤੋਂ ਵੱਡਾ ਅਪਡੇਟ ਹੈ ਕਿ ਕੈਨੇਡਾ ਨੇ ਹੁਣ ਐਸਡੀਐਸ ਦੇ ਅੰਦਰ ਤਿੰਨ ਇੰਗਲਿਸ਼ ਟੈਸਟ ਹੋਰ ਐਡ ਕਰ ਲਏ ਨੇ ਸੋ ਹੁਣ ਜਦੋਂ 12ਵੀਂ ਕਰਕੇ ਬੱਚਾ ਨਿਕਲਦਾ ਸੀ ਮੈਂ ਉਹਨੂੰ ਕਹਿੰਦਾ ਸੀ ਤੁਸੀਂ ਆਇਲਟਸ ਕਰਨੀ ਹੈ ਹੁਣ ਜਦੋਂ 12ਵੀਂ ਕਰਕੇ ਬੱਚਾ ਨਿਕਲਦਾ ਹੈ ਤਾਂ ਉਹ ਆਇਲਟਸ ਕਰ ਸਕਦਾ ਹੈ ਪੀਟੀਈ ਕਰ ਸਕਦਾ ਹੈ ਟੂਫਲ ਕਰ ਸਕਦਾ ਹੈ ਔਰ ਕੇਲ ਕਰ ਸਕਦਾ ਸੋ ਕੇਲ ਕੈਨੇਡਾ ਦਾ ਆਪਣਾ ਇੰਗਲਿਸ਼ ਟੈਸਟ ਹੈ ਵਿਚ ਇਜ਼ ਕੈਨੇਡੀਅਨ ਐਕਾਡੈਮਿਕ ਇੰਗਲਿਸ਼ ਲੈਂਗੁਏਜ ਟੈਸਟ ਤੁਸੀਂ ਕੇਲ ਵੀ ਕਰ ਸਕਦੇ ਹੋ ਤੁਸੀਂ ਸੈਲਪਿਪ ਵੀ ਕਰ ਸਕਦੇ ਹੋ ਔਰ ਆਇਲਟਸ ਜਟ ਜੀਟੀਵੀ ਕਰ ਸਕਦੇ ਹੋ ਸੋ ਸਟੂਡੈਂਟਸ ਹੁਣ ਤੁਹਾਡੀ ਚੁਆਇਸ ਜਿਹੜੀ ਹੈਗੀ ਓਪਨ ਹੋ ਗਈ ਕਈ ਬੱਚੇ ਕਹਿੰਦੇ ਸੀ ਯਾਰ ਹਾਈਲਾਈਟਸ ਮੇਰੇ ਤੋਂ ਕਲੀਅਰ ਨਹੀਂ ਹੁੰਦਾ ਤਾਂ ਪੀਟੀ ਕਰ ਲਓ ਪੀਟੀ ਨਹੀਂ ਹੁੰਦਾ ਤਾਂ ਕੇਲ ਕਰ ਲਓ ਕੇਲ ਨਹੀਂ ਹੁੰਦਾ ਤਾਂ ਟੋਫਲ ਕਰ ਲਓ ਸੋ ਬਹੁਤ ਵਾਈਡ ਆਪਸ਼ਨਸ ਹੋ ਗਈਆਂ 10 ਅਗਸਤ 2023 ਤੋਂ ਇਹ ਰੂਲਸ ਇੰਪਲੀਮੈਂਟ ਹੋ ਜਾਣਗੇ ਸੋ ਜਿਹੜੇ 12ਵੀਂ ਪਾਸ ਹੋਣੇ ਜਿਨ੍ਹਾਂ ਨੇ ਕੀਤੀ ਹੈ ਉਹ ਆਪਣਾ ਇੰਗਲਿਸ਼ ਟੈਸਟ ਕੋਈ ਮਨਪਸੰਦ ਇੰਗਲਿਸ਼ ਟੈਸਟ ਦੇ ਸਕਦੇ ਆਂ ਔਰ ਐਸਡੀਐਸ ਚ ਫਾਈਲ ਲਗਾ ਸਕਦੇ ਆਂ ਸੋ ਇੱਕ ਹੋਰ ਵੱਡਾ ਅਪਡੇਟ ਹੈ ਕਿ ਹੁਣ ਓਵਰਆਲ 6 ਬੈਂਡ ਐਸਡੀਐਸ ਚ ਕਾਊਂਟ ਹੋਣਗੇ 6 ਈਚ ਦੀ ਰਿਕੁਆਇਰਮੈਂਟ ਹਟਾ ਦਿੱਤੀ ਗਈ ਹੈ ਕੈਨੇਡਾ ਵੱਲੋਂ ਹੱਲੇ ਤੱਕ ਇਹੀ ਅਪਡੇਟ ਹੈ ਇਸ ਤੋਂ ਬਾਅਦ ਕੋਈ ਅਪਡੇਟ ਆਂਦਾ ਤਾਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ ਬਟ ਅੱਜ ਦੀ ਰੇਟ ਚ ਇਹੀ ਅਪਡੇਟ ਹੈ ਕਿ ਓਵਰਆਲ 6 ਬੈਂਡ ਦੇ ਨਾਲ ਹੁਣ ਤੁਸੀਂ ਕੈਨੇਡਾ ਚ ਐਸਡੀਐਸ ਚ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਸੋ ਬਹੁਤ ਹੀ ਵੱਡੇ ਅਪਡੇਟਸ ਆ ਰਹੇ ਨੇ ਔਰ ਕੈਨੇਡਾ ਨੇ 스파우스 ਜਿਨ੍ਹਾਂ ਦੇ ਉੱਥੇ ਵਰਕ ਪਰਮਿਟ ਐਕਸਪਾਇਰ ਐਕਸਪਾਇਰ ਹੋ ਰਹੇ ਹੈ 스파우스 ఓపెਨ ਵਰਕ ਪਰਮਿਟ ਉਹਨਾਂ ਨੂੰ ਡੇਢ ਸਾਲ ਤੱਕ ਦੀ ਐਕਸਟੈਂਸ਼ਨ ਦਿੱਤੀ ਹੈ ਸੋ ਜਿੰਨੇ ਵੀ 스파우스 ఓపెਨ ਵਰਕ ਪਰਮਿਟ ਤੇ ਗਏ ਹੋਏ ਹਨ ਔਰ ਜਿਨ੍ਹਾਂ ਦੀ ਪੀਆਰ ਨਹੀਂ ਹੋਈ ਹੈ ਤਾਂ ਉਹਨਾਂ ਨੂੰ ਡੇਢ ਸਾਲ ਦੀ ਐਕਸਟੈਂਸ਼ਨ ਦੀ ਦਿੱਤੀ ਗਈ ਹੈ ਇਸ ਤੋਂ ਇਲਾਵਾ 스파ਊਸਲ ਪੀਆਰ ਤੇ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ 스파ਊਸਲ ਪੀਆਰ ਤੇ ਐਪਲੀਕੇਸ਼ਨਸ ਲੱਗੀਆਂ ਹੋਈਆਂ ਔਰ ਉਹਨਾਂ ਨੂੰ ਰਿਜ਼ਲਟ ਨਹੀਂ ਆ ਰਿਹਾ ਕਿਉਂਕਿ ਉਹਨਾਂ ਦਾ ਸਮਾਂ ਬਹੁਤ ਜ਼ਿਆਦਾ ਹੈ ਸੋ ਉਹਨਾਂ ਨੂੰ ਇਮੀਗ੍ਰੇਸ਼ਨ ਮਨਿਸਟਰ ਨੇ ਅਨਾਉਂਸ ਕੀਤਾ ਹੈ ਕਿ ਉਹਨਾਂ ਨੂੰ ਜਲਦ ਤੋਂ ਜਲ ਟੂਰਿਸਟ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਸਪਾਊਸ ਦੇ ਨਾਲ ਆ ਕੇ ਰਹਿ ਸਕਣ ਸੋ ਬਹੁਤ ਸਾਰੇ ਅਪਡੇਟਸ ਆ ਰਹੇ ਹਨ ਕੈਨੇਡਾ ਵੱਲੋਂ ਸੋ ਆਈ ਵਿਲ ਐਡਵਾਈਸ ਯੂ ਕਿ ਕੈਨੇਡਾ ਇੱਕ ਬਹੁਤ ਹੀ ਕੰਫਰਟੇਬਲ এনवायरमेंट ਬਣਦਾ ਜਾ ਰਿਹਾ ਹੈ ਇੰਡੀਅਨ ਸਟੂਡੈਂਟਸ ਵਾਸਤੇ ਔਰ ਬਹੁਤ ਐਕਸੈਪਟਿੰਗ এনवायरमेंट ਹੈਗਾ ਸੋ ਆਈਲਟਸ ਦੀ ਵੀ ਸਾਨੂੰ ਵਾਈਡ ਚੋਇਸਿਸ ਮਿਲ ਗਈਆਂ ਇੰਗਲਿਸ਼ ਟੈਸਟ 'ਚ ਵੀ ਬਹੁਤ ਸਾਰੀਆਂ ਆਪਸ਼ਨਸ ਮਿਲ ਗਈਆਂ ਔਰ ਹੋ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਬਹੁਤ ਰਿਲੈਕਸ ਕਰ ਦਿੱਤਾ ਕੈਨੇਡਾ ਨੇ ਆਪਣਾ ਆਉਣ ਵਾਲਾ ਟਾਈਮ ਤੇ ਕਹਿ ਰਿਹਾ ਕਿ ਟੂਰਿਸਟ ਵੀਜ਼ਾ ਵੀ ਬਹੁਤ ਖੁੱਲੇ ਦਿਲ ਨਾਲ ਦਿੱਤੇ ਜਾਣਗੇ ਔਰ ਡਿਪੈਂਡੈਂਟ ਵੀਜ਼ਾ ਦੀ ਜੇ ਅਸੀਂ ਗੱਲ ਕਰੀਏ ਤਾਂ ਡਿਪੈਂਡੈਂਟ ਵੀਜ਼ਾ ਦਾ ਵੀ ਸਕਸੈਸ ਰੇਟ ਬਹੁਤ ਹਾਈ ਚੱਲ ਰਿਹਾ ਹੈ ਸੋ ਬਿਲਕੁਲ ਜੀ ਬਹੁਤ ਵਧੀਆ ਅਪਡੇਟ ਹੈਗੇ ਕਿਉਂਕਿ ਕਿਤੇ ਨਾ ਕਿਤੇ ਸਟੂਡੈਂਟ ਜਿਹੜੇ ਸੀਗੇ ਬੈਂਡਸ ਨਹੀਂ ਲੈ ਪਾਉਂਦੇ ਸੀਗੇ ਜਾਂ ਫਿਰ ਪੀਟੀ ਵਾਲੇ ਸਟੂਡੈਂਟ ਜਿਹੜੇ ਸੀਗੇ ਉਹ ਕੈਨੇਡਾ ਜਾਣ ਤੋਂ ਡਰਦੇ ਸੀਗੇ ਉਹਨਾਂ ਨੂੰ ਹੁਣ ਤੱਕ ਤਾਂ ਇਹ ਕਹ ਰਹੇ ਸੀਗੇ ਕਿ ਤੁਸੀਂ ਅਪਲਾਈ ਨਾ ਕਰੋ ਹਨਾ ਪਰ ਹੁਣ ਤੁਸੀਂ ਐਸਟੀਐਸ ਕੈਟਾਗਰੀ ਦੇ ਵਿੱਚ ਵੀ ਆ ਸਕਦੇ ਹੋ ਜੀ ਤੇ ਜ਼ਰੂਰ ਅਪਲਾਈ ਕਰੋ ਜੇਕਰ ਤੁਹਾਡੇ 6 ਬੈਂਡ ਵੀ ਆਏ ਨਹੀਂ ਓਵਰオール ਜਾਂ ਫਿਰ ਪੀਟੀ ਕਰ ਚੁੱਕੇ ਹੋ तुम कैनेडा वास्तु एलीजिबल हो है गे होते, जल्दी जल्दी अप्लाई करने की कोशिश करो सो सर हूँ इनटेक सितंबर इनटेक हजे अवेलेबल है सितंबर इनटेक इज अवेलेबल राइट नाउ सो स्टूडेंट्स मेरी सर एडवाइस है कि बहुत सारे कॉलेज का सितंबर इनटेक इज ओपन जिम्मे नायगरा कॉलेज कुछ प्रोग्राम ओपन है कॉनसटोगा कॉलेज uh, कुछ प्रोग्राम्स ओपन है सेंट कलेयर कॉलेज कुछ प्रोग्राम ओपन है लैथब्रिज कॉलेज कुछ प्रोग्राम्स ओपन है राइट नाउ यूनवर्सिटी ऑफ रजाइना काफ़ी सारे प्रोग्राम्स ओपन है ਸੋ ਸੈਪਟੈਂਬਰ ਇਨਟੈਕ ਚ ਵਾਈਡ ਚੋਇਸਸ ਹੈਗੀਆਂ ਰਾਈਟ ਨਾਓ ਸਟੂਡੈਂਟਸ ਵਾਸਤੇ ਸੋ ਜੂਨ ਜੁਲਾਈ ਦੋ ਮਹੀਨੇ ਹੈਗੇ ਆ ਬਟ ਸਬਮਿਟ ਇਨਟੈਕ ਚ ਤਾਹੀਂ ਤੁਸੀਂ ਅਪਲਾਈ ਕਰੋ ਜੇ ਤੁਹਾਡੇ ਕੋਲ ਆਪਣੀ ਕਾਲਜ ਫੀਸ ਰੈਡੀ ਹੈ ਕਿਉਂਕਿ ਜੋ ਆਫਰ ਲੈਟਰ ਜਲਦੀ ਆ ਜਾਂਦੀ ਹੈ ਤਾਂ ਆਪਾਂ ਜਲਦ ਤੋਂ ਜਲਦ ਆਪਣੀ ਕਾਲਜ ਫੀਸ ਭਰੀਏ ਕਿਉਂਕਿ ਲਾਸਟ ਡੇਟ ਟੂ ਸਬਮਿਟ ਯਰ ਫਾਈਲ ਵਿਲ ਬੀ 31 ਜੁਲਾਈ ਸੋ ਜੇ 31 ਜੁਲਾਈ ਤੁਹਾਡੀ ਲਾਸਟ ਡੇਟ ਹੋ ਜਾਏਗੀ ਤਾਂ ਫਿਰ ਤੁਸੀਂ ਕੀ ਕਹਿੰਦੇ ਆ ਸਪਟੈਂਬਰ ਇਨਟੇਕ ਲਈ ਬਿਲਕੁਲ ਲਾਂਚ ਕਰ ਦਾਂਗੇ ਫਾਈਲ ਤਾਂ ਸਪਟੈਂਬਰ ਇਨਟੇਕ ਲਈ ਜਾ ਸਕਦੇ ਹੋ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਜਨਵਰੀ 24 ਇਨਟੇਕ ਹੈ ਜਿੰਦੇ ਵਿੱਚ ਮੋਸਟਲੀ ਕਾਫੀ ਸਾਰੇ ਕਾਲਜਸ ਓਪਨ ਹੈਗੇ ਆ ਲੈਂਪਟਨ ਕਾਲਜ ਨੇ ਆਟਵਾ ਕੈਂਪਸ ਲਾਂਚ ਕਰਤਾ ਸੋ ਲੈਂਪਟਨ ਦੇ ਬਹੁਤ ਸਾਰੇ ਕੈਂਪਸਸ ਹੋ ਗਏ ਮੇਨ ਕੈਂਪਸ ਇਸ ਸਾਰਨੀਆਂ ਦੈਨ ਇਸ ਟ੍ਰਾਂਟੋ ਦੈਨ ਇਸ ਮੈਸੀਸਾਗਾ ਹੁ ਨਵਾਂ ਕੈਂਪਸ ਲੈਂਪਟਨ ਦਾ ਆਇਆ ਦੈਟ ਇਜ਼ ਆਟਵਾ ਸੋ ਲੈਂਪਟਨ ਕਾਲਜ ਨੂੰ ਸੀ ਡਾਇਰੈਕਟਲੀ ਰਿਪਰੈਜ਼ੈਂਟ ਕਰੀਦਾ ਔਰ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈਗੀ ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਪਡੇਟਸ ਆ ਗਏ ਆ ਸੋ ਸਾਰੇ ਹੀ ਸਟੂਡੈਂਟਸ ਨੂੰ ਮੈਂ ਕਵਾਂਗਾ ਕਿ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਰੈਸਟ ਆਫਿਸ ਵਿਜ਼ਿਟ ਕਰੋ ਜਿਹੜੇ ਕਿ ਵੱਖ-ਵੱਖ ਸ਼ਹਿਰਾਂ 'ਚ ਹੈਗੇ ਆ ਲੁਧਿਆਣਾ ਬਠਿੰਡਾ ਮੋਗਾ ਅੰਮ੍ਰਿਤਸਰ ਜਲੰਧਰ ਮੋਹਾਲੀ ਚੰਡੀਗੜ੍ਹ ਸੈਕਟਰ 17 ਵਿੱਚ ਸਾਡਾ ਆਫਿਸ ਹੈਗਾ ਇਸ ਤੋਂ ਇਲਾਵਾ ਜੰਮੂ ਕਰਨਾਲ ਜੀਂਦ ਐਂਡ ਵਦੋਦਰਾ ਗੁਜਰਾਤ 'ਚ ਸਾਡਾ ਆਫਿਸ ਹੈ ਤੁਸੀਂ ਨੀਰੈਸਟ ਆਫਿਸ ਜ਼ਰੂਰ ਵਿਜ਼ਿਟ ਕਰੋ ਔਰ ਬਹੁਤ ਜਲਦ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਹੋਰ ਵੀ ਬ੍ਰਾਂਚੇਜ਼ ਓਪਨ ਹੋਣ ਵਾਲੀਆਂ ਜਿਵੇਂ ਕਿ ਤਰਨਤਾਰਨ ਸਾਡੀ ਬ੍ਰਾਂਚ ਓਪਨ ਹੋਣ ਵਾਲੀ ਹੈ ਹੁਸ਼ਿਆਰਪੁਰ ਐਂਡ ਇਸ ਤੋਂ ਇਲਾਵਾ ਹਰਿਆਣੇ ਵਿੱਚ ਵੀ ਦੋ ਤਿੰਨ ਬ੍ਰਾਂਚੇਜ਼ ਓਪਨ ਹੋਣ ਵਾਲੀਆਂ ਸੋ ਬਹੁਤ ਜਲਦੀ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਹੋਰ ਵੀ ਬ੍ਰਾਂਚੇਜ਼ 'ਤੇ ਤੁਸੀਂ ਵਿਜ਼ਿਟ ਕਰਕੇ ਆਪਣੀ ਫਾਈਲ ਇੱਕ ਸਹੀ ਤਰੀਕੇ ਪ੍ਰੋਸੈਸ ਕਰਵਾ ਸਕਦੇ ਹੋ ਬਿਲਕੁਲ ਜੀ ਸੋ ਆਫਿਸ ਦੇ ਐਡ्रेसेस ਵੀ نیچے ਫਲੈਸ਼ ਹੋ ਰਹੇ ਨੇ ਨੰਬਰ ਤਾਂ ਤੁਸੀਂ ਆਈ ਹੋਪ ਹੁਣ ਤੱਕ ਨੋਟ ਕਰ ਵੀ ਲਏ ਹੋਣਗੇ ਸੋ ਇਹਨਾਂ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਪ੍ਰੋਪਰ ਜਿਹੜੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪੇजेस ਹੈਗੇ ਨੇ ਲੈਂਡਵਾ ਕ ਇਮੀਗ੍ਰੇਸ਼ਨ ਦੇ ਉੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਟਾਈਮ ਟੂ ਟਾਈਮ ਅਪਡੇਟਸ ਮਿਲਦੀਆਂ ਰਹਿਣਗੀਆਂ ਲੱਗੇ ਹੋਏ ਵੀਜ਼ਾ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਉੱਥੇ ਆ ਬੱਚਾ ਦੇ ਟੈਸਟੀਮੋਨੀਅਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਚੈੱਕ ਕਰ ਸਕਦੇ ਸੋ ਇਹ ਚੀਜ਼ਾਂ ਜ਼ਰੂਰ ਦੇਖ ਲਿਆ ਕਰੋ ਕਿ ਜਦੋਂ ਵੀ ਤੁਸੀਂ ਕਿਸੇ ਦੇ ਥਰੂ ਅਪਲਾਈ ਕਰਨਾ ਕਿ ਕੰਪਨੀ ਨੂੰ ਕਿੰਨੇ ਸਾਲ ਹੋ ਗਏ ਨੇ ਆਫਿਸ ਕਿੱਦਾਂ ਦੇ ਹੈਗੇ ਨੇ ਉਹਨਾਂ ਦੇ ਵੀਜ਼ਾਸ ਆ ਰਹੇ ਨੇ ਕਿੰਨੇ ਹੀ ਆ ਰਹੇ ਨੇ ਸੋ ਲੈਂਡਮਾਰਕ ਇਮੀਗ੍ਰੇਸ਼ਨ ਦਾ ਆਈ ਥਿੰਕ ਸੋਸ਼ਲ ਮੀਡੀਆ ਤੇ ਹਰ ਰੂਪ ਮਿਲੇਗਾ 16 ਸਾਲ ਤੋਂ 16 ਸਾਲ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਇਸ ਕੰਮ ਚ ਹੈਗੀ ਹੈ ਲਾਇਸنسਡ ਇਮੀਗ੍ਰੇਸ਼ਨ ਐਡਵਾਈਜ਼ਰ ਹੈ RCIC ਮੈਂਬਰ ਜਿਹਨੂੰ ਹੁਣ CICIC ਮੈਂਬਰ ਕਿਹਾ ਜਾਂਦਾ ਰਿਹਾ ਉਹ ਸਾਡੇ ਪੈਨਲ ਤੇ ਹੈਗੇ ਆ ਕੈਨੇਡਾ ਵਿੱਚ ਵੀ ਸਾਡੀ ਰਿਪਰੈਜ਼ੈਂਟੇਸ਼ਨ ਹੈਗੀ ਆ ਅਮਰੀਕਾ ਵਿੱਚ ਵੀ ਸਾਡੇ ਕੋਲ AIARC ਦਾ ਲਾਇਸੈਂਸ ਹੈਗਾ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਉਂਸਲ ਦਾ ਸੋ ਜੇਸੀ ਗੱਲ ਕੀਤਾ ਜਾਏ ਤਾਂ ਸਾਡੇ ਕੋਲ ਜੇ ਤੁਸੀਂ ਵਿਜ਼ਿਟ ਕਰਦੇ ਹੋ ਜਾਂ ਕਿਸੇ ਵੀ ਕੰਟਰੀ ਦਾ ਆਪਣਾ ਕੇਸ ਪ੍ਰੋਸੀਡ ਕਰਦੇ ਹੋ ਤਾਂ 100% ਕਿ ਜੈਨੂਇਨ ਵੀਜ਼ਾ ਗਾਈਡੈਂਸ ਹਰ ਸਟੂਡੈਂਟ ਨੂੰ ਦਿੱਤੀ ਜਾਂਦੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਸੋ ਜੋ ਵੀ ਬਿਲਕੁਲ ਟਰਾਂਸਪੇਰੈਂਟਲੀ ਤੁਹਾਨੂੰ ਗਾਈਡ ਕੀਤਾ ਜਾਂਦਾ ਜੋ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਸੋ ਸਾਡੇ ਸੈਮੀਨਾਰ ਹੋਣ ਜਾ ਰਹੇ ਆ 5th ਜੂਨ ਤੋਂ ਸੋ 5th ਜੂਨ ਨੂੰ ਸਾਡਾ ਸੈਮੀਨਾਰ ਤੁਸੀਂ ਅਟੈਂਡ ਕਰ ਸਕਦੇ ਹੋ ਹੋਟਲ ਅਰੋਮਾ ਅ ਚੰਡੀਗੜ੍ਹ ਵਿੱਚ 5th ਜੂਨ ਨੂੰ 10 ਤੋਂ 5 ਦੇ ਵਿੱਚ ਸਾਡਾ ਸੈਮੀਨਾਰ ਹੋਏਗਾ ਅਰੋਮਾ ਹੋਟਲ 'ਚ 6th ਜੂਨ ਨੂੰ ਸਾਡਾ ਸੈਮੀਨਾਰ ਹੈਗਾ ਅ ਲੁਧਿਆਣੇ ਹੋਟਲ ਗਰੇਵਾਸ 'ਚ ਐਂਡ 9th ਜੂਨ ਨੂੰ ਸਾਡਾ ਸੈਮੀਨਾਰ ਹੈਗਾ ਅਮ੍ਰਿਤਸਰ ਹੋਟਲ ਐਚ ਕੇ ਕਲਰਕਸ ਇੰਚ ਐਂਡ 10 ਜੂਨ ਨੂੰ ਸਾਡਾ ਸੈਮੀਨਾਰ ਹੈ ਜਲੰਧਰ ਹੋਟਲ ਮਾਇਆ 'ਚ ਸੋ ਤੁਸੀਂ ਸਾਡੇ ਸੈਮੀਨਾਰ ਦਾ ਹਿੱਸਾ ਬਣੋ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਾਏਗੀ ਜੇ ਤੁਸੀਂ ਸਾਡੇ ਸੈਮੀਨਾਰ 'ਚ ਆਓਗੇ ਐਂਡ ਸਟੂਡੈਂਟਸ ਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਏਗੀ ਔਰ ਕਾਲਜ ਨੂੰ ਨੁਮਾਇੰਦਿਆਂ ਦਾ ਮਿਲਨ ਦਾ ਵੀ ਤੁਹਾਨੂੰ ਮੌਕਾ ਮਿਲੇਗਾ ਸੋ ਜ਼ਰੂਰ ਪਾਰਟਿਸਿਪੇਟ ਕਰੋ ਔਰ ਮੈਂ ਵੀ ਸਾਰੇ ਸੈਮੀਨਾਰਸ ਚ ਅਵੇਲੇਬਲ ਰਹਾਗਾ ਤੁਸੀਂ ਮੇਰੇ ਨਾਲ ਵੀ ਸਾਰੀਆਂ ਡਿਸਕਸ਼ਨਸ ਕਰ ਸਕਦੇ ਹੋ ਜੀ ਸਰ ਕਿਹੜੀ ਕਿਹੜੀ ਕੰਟਰੀ ਦੇ ਨੁਮਾਇंदे ਪਹੁੰਚੇ ਸੋ ਬਿਲਕੁਲ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸਏ ਐਂਡ ਜਰਮਨੀ ਸੋ ਇਨ੍ਹਾਂ ਪੰਜਾਂ ਕੰਟਰੀਆਂ ਦੇ ਨੁਮਾਇंदे ਸੈਮੀਨਾਰ ਚ ਪ੍ਰੈਜ਼ెంట్ ਰਹਿਣਗੇ ਜੋ ਤੁਸੀਂ ਇਨ੍ਹਾਂ ਨੂੰ ਪ੍ਰੋਪਰ ਗਾਈਡੈਂਸ ਲੈ ਸਕਦੇ ਹੋ ਕਿ ਕਿੱਦਾਂ ਦੇ ਹੁਣ ਚੇਂਜਸ ਆ ਗਏ ਆ ਕਿ ਅਸੈਸਮੈਂਟ ਚ ਹੁਣ ਤੁਸੀਂ ਐਲੀਜੀਬਲ ਹੈਗੇ ਹੋ ਆਲਸੋ ਸਟੂਡੈਂਟਸ ਕਾਫੀ ਸਾਰੇ ਸਰਕਾਰੀ ਕਾਲਜ ਇਕ ਚ 5.5 ਬੈਂਡ ਐਕਸੈਪਟ ਕਰ ਰਹੇ ਨੇ ਜਿਨ੍ਹਾਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਪਰ ਕਾਫੀ ਸਾਰੇ ਕਾਲਜਸ 6 ਈਚ ਬੈਂਡ ਹੀ ਐਕਸੈਪਟ ਕਰ ਰਹੇ ਨੇ ਦੇਖਣਾ ਹੈ ਕਿ ਇਹ ਸਰਕਾਰ ਦੇ ਰੂਲਸ ਚੇਂਜ ਹੋਣ ਤੋਂ ਬਾਅਦ ਕਿੰਨੇ ਕਾਲਜਸ ਆਪਣੇ ਰੂਲਸ ਰਿਲੈਕਸ ਕਰਦੇ ਆਂ ਔਰ ਕਿੰਨੇ ਕਾਲਜਸ ਆਪਣੇ ਰੂਲਸ ਨਹੀਂ ਰਿਲੈਕਸ ਕਰਦੇ ਸੋ ਦੇਖੋ ਕਿ ਜਿਹੜੇ ਸਰਕਾਰੀ ਕਾਲਜਸ ਤੁਹਾਨੂੰ ਪਤਾ ਹੀ ਹੋਏਗਾ ਜੇ ਤੁਸੀਂ ਸਰਕਾਰੀ ਕਾਲਜ ਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਪੜਾਈ ਕਰਨ ਤੋਂ ਬਾਅਦ ਜੇ ਤੁਸੀਂ ਪ੍ਰਾਈਵੇਟ ਕਾਲਜ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਵਰਕ ਪਰਮਿਟ ਨਹੀਂ ਮਿਲਦਾ ਸੋ ਇਹ ਸਾਰੀਆਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖੋ ਐਂਡ ਫਿਊਚਰ ਵਿੱਚ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਦੇਖੋ ਕਿ ਤੁਹਾਡਾ ਕੰਸਲਟੈਂਟ ਰਜਿਸਟਰਡ ਹੈਗਾ ਕੈਨੇਡਾ ਵਿੱਚ ਕਿੰਨੀ ਵਾਰੀ ਟਰੈਵਲ ਕੀਤਾ ਕਿਉਂਕਿ ਅੱਜ ਦੇ ਰੇਟਸ ਬਹੁਤ ਕੰਸਲਟੈਂਟ ਕਹਿੰਦੇ ਕਿ ਮੈਂ ਮਾਹਿਰ ਕੰਸਲਟੈਂਟ ਹਾਂ ਪਰ ਅਜ ਤੱਕ ਆਪੇ ਕਦੀ ਕੈਨੇਡਾ ਨਹੀਂ ਗਏ ਹੁੰਦੇ ਸੋ ਸਟੂਡੈਂਟਸ ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਮੈਂ ਵੱਖ-ਵੱਖ ਕੈਂਪਸਿਸ ਐਤਕੀ ਵੀ ਵਿਜ਼ਿਟ ਕੀਤੇ ਕਾਲਜਿਸ ਤੇ ਵਿਜ਼ਿਟ ਕੀਤਾ ਕਾਲਜ ਦੇ ਇੰਟਰਨੈਸ਼ਨਲ ডিপਾਰਟਮੈਂਟਸ ਨੂੰ ਵਿਜ਼ਿਟ ਕੀਤਾ ਕਾਲਜ ਦਾ ਟੂਰ ਲਿਆ ਕਿ ਕਿੱਦਾਂ ਦੀਆਂ ਫੈਸਿਲਿਟੀਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਔਰ ਜਿੰਨੀ ਵਾਰੀ ਵੀ ਮੈਂ ਜਾਣਾ ਕੁਝ ਨਵਾਂ ਸਿੱਖ ਕੇ ਆਣਾ ਬਿਕਾਉਜ਼ ਸਾਡੀ ਜਿਹੜੀ ਫੀਲਡ ਹੈ ਉਹ ਐਜੂਕੇਸ਼ਨ ਫੀਲਡ ਹੈਗੀ ਆ ਸੋ ਸਟੂਡੈਂਟਸ ਨੂੰ ਸਹੀ ਤਰੀਕੇ ਗਾਈਡ ਕਰਨਾ ਸਟੂਡੈਂਟਸ ਨੂੰ ਜੋਬਸ ਕਿੱਦਾਂ ਮਿਲਣਗੀਆਂ ਕੈਨੇਡਾ ਵਿੱਚ ਸਟੂਡੈਂਟਸ ਨੂੰ ਅਕੋਮੋਡੇਸ਼ਨ ਹੈਲਪ ਕਿੱਦਾਂ ਮਿਲੇਗੀ ਸੋ ਕਿੱਦਾਂ ਸਟੂਡੈਂਟਸ ਅੱਛੇ ਤਰੀਕੇ ਸੈਟਲ ਹੋ ਸਕਦੇ ਆ ਉਹਦੇ ਬਾਰੇ ਗਾਈਡੈਂਸ ਦੇਣੀ ਇੱਕ ਸਾਡੀ ਇੱਕ ਚੰਗੇ ਕੰਸਲਟੈਂਟ ਦੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ ਸਾਡੀ ਜਾਰੀ ਬਿਲਕੁਲ ਜੀ ਸੋ ਸਟੂਡੈਂਟ ਜਿਹੜੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਸਿਰਫ ਇਹ ਪਤਾ ਹੈ ਕਿ ਚਲੋ ਜੀ ਮੈਂ ਹੁਣ ਸਟੱਡੀ ਕੰਪਲੀਟ ਕਰ ਲਈ ਪਲੱਸ 2 ਕਰ ਲਈ ਆਇਲਸ ਕਰ ਲਿਆ ਮੈਂ ਇਹ ਵਾਲੀ ਕੰਟਰੀ ਚ ਜਾਣਾ ਕੈਨੇਡਾ ਜਾਣਾ ਜਾਂ ਯੂਕੇ ਜਾਣਾ ਸੋ ਪ੍ਰੋਪਰ ਇੱਕ ਕਾਉਂਸਲਿੰਗ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਹੜਾ ਕਾਲਜ ਲਵਾਂ ਕਿਹੜਾ ਕੋਰਸ ਮੇਰੇ ਲਈ ਸੂਟੇਬਲ ਹੋਏਗਾ ਕਿਸ ਤਰੀਕੇ ਦੇ ਨਾਲ ਜਾਣਾ ਕਿਸ ਤਰੀਕੇ ਦੇ ਨਾਲ ਜੌਬਸ ਚਾਹੀਦੀਆਂ ਨੇ ਇੱਕ ਪ੍ਰੋਪਰ ਕਾਉਂਸਲਿੰਗ ਜੜੀ ਹੈਗੀ ਆ ਤੁਸੀਂ ਲਾਂਡ ਮਾ ਕੇ ਇਮੀਗ੍ਰੇਸ਼ਨ ਦੇ ਥਰੂ ਲੈ ਸਕਦੇ ਹੋ ਸੋ ਸਰ ਜਿਹੜੀ ਇਹ ਨਵੇਂ ਅਪਡੇਟਸ ਆਈਆਂ ਹੈਗੀਆਂ ਨੇ ਇਹ ਬੱਚਾ ਹੁਣ ਜੇ ਅਪਲਾਈ ਕਰੇਗਾ ਸਪਟੰਬਰ ਇਨਟੇਕ ਵਾਸਤੇ ਉਹਨਾਂ ਨੂੰ ਫੈਸਿਲਿਟੀਆਂ ਨਹੀਂ ਇਹ ਜਨਵਰੀ ਇਨਟੇਕ ਵਾਸਤੇ ਅਪਡੇਟਸ ਇੰਪਲੀਮੈਂਟ ਹੋਣਗੇ ਬਿਕਾਜ਼ 10 ਅਗਸਤ 2023 ਤੋਂ ਇਹ ਅਪਡੇਟਸ ਇੰਪਲੀਮੈਂਟ ਹੋਣਗੇ ਐਂਡ 10 ਅਗਸਤ 2023 ਤੋਂ ਜਿਹੜੀ ਵੀ ਆਪਣੀ ਫਾਈਲ ਲੌਂਚ ਕਰਾਂਗੇ ਉਹ ਉਹ ਇਸ ਇਸ ਅਪਡੇਟਸ ਲਈ ਐਲੀਜੀਬਲ ਰਹਿਣਗੇ ਓਕੇ ਸੋ 10 ਅਗਸਤ ਤੋਂ ਜਾਣ ਕੀ ਜਾਣ ਵਾਸਤੇ ਤੁਹਾਨੂੰ ਮਿਲਣਗੇ ਸੋ ਸਰ ਹੁਣ ਪਲੱਸ 2 ਬੱਚੇ ਪਾਸ ਆਊਟ ਹੋ ਗਏ ਨੇ ਹੁਣ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਇਸ ਟਾਈਮ ਉਹਨਾਂ ਨੂੰ ਅਸੀਂ ਅਪਲਾਈ ਕਰ ਦਈਏ ਕੀ ਐਡਵਾਈਸ ਕੀ ਦੇਣਾ ਚਾਹੋਗੇ ਸੋ ਦੇਖੋ ਦੇਖਣ ਨੂੰ ਇਹ ਮਿਲ ਰਿਹਾ ਕਿ ਸਾਡੇ ਕੋਲ ਵੀ ਆਇਓਲੈਟਸ ਚ 100 ਪਲੱਸ ਸਟੂਡੈਂਟਸ ਹੈਗੇ ਆਂ ਜੀ ਆਈ ਦੀ ਰੇਟ ਸੋ ਆਇਲਟਸ ਤੇ ਪ੍ਰੋਬਲਮ ਇਹ ਹੈ ਕਿ ਮੈਂ ਦੇਖਿਆ ਕਿ ਉਹ ਚੋਂ 60% ਬੱਚਿਆਂ ਦੇ ਪਾਸਪੋਰਟ ਹੀ ਨਹੀਂ ਹੈਗੇ ਸੋ ਬੱਚਿਆਂ ਨੂੰ ਪਾਸਪੋਰਟ ਡੇਟਸ ਨਹੀਂ ਮਿਲ ਰਹੀਆਂ ਸੋ ਫਰਸਟ ਥਿੰਗ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਯੂ ਸ਼ੁੱਡ ਹੈਵ ਅ ਪਾਸਪੋਰਟ ਟੂ ਬੁੱਕ ਯੋਰ ਇੰਗਲਿਸ਼ ਟੈਸਟ ਮੈਂ ਹੁਣ ਆਇਲਟਸ ਨਹੀਂ ਕਹਾਂਗਾ ਮੈਂ ਫੇਰ ਕਹਿ ਰਿਹਾ ਹੁਣ ਇੰਗਲਿਸ਼ ਟੈਸਟ ਹੈ ਕਿ ਕੋਈ ਵੀ ਟੈਸਟ ਤੁਸੀਂ ਦੇ ਸਕਦੇ ਹੋ ਚਾਹੇ ਤੁਸੀਂ ਆਇਲਟਸ ਦੋ ਚਾਹੇ ਤੁਸੀਂ ਪੀਟੀ ਦੋ ਚਾਹੇ ਤੁਸੀਂ ਕੇਲ ਦੋ ਚਾਹੇ ਤੁਸੀਂ ਟੋਫਲ ਦੋ ਬਟ ਫਰਸਟ ਥਿੰਗ ਰਿਕੁਆਇਰਡ ਬਾਈ ਯੂ ਇਜ਼ ਆਇਲਟਸ ਔਰ ਆਇਲਟਸ ਸਾਡੇ ਕੋਲ ਜਿਹੜੇ ਬੱਚੇ ਇੰਨੇ ਜ਼ਿਆਦਾ ਇਸ ਟਾਈਮ ਤੇ ਹੈਗੇ ਆ ਉਹ ਇਸ ਕਰਕੇ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਦੀ ਪੂਰੇ ਸਾਲ ਦੀ ਫੀਸ ਹੈਗੀ ਹੈ 10000 ਰੁਪੀਆਸ ਓਨਲੀ ਇਨਫਰਾਸਟ੍ਰਕਚਰ ਇਜ਼ ਦ ਬੈਸਟ ਅਸੀਂ ਤੁਹਾਨੂੰ ਬੈਸਟ ਇਨਫਰਾਸਟ੍ਰਕਚਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਟੀਚਰਸ ਆਰ ਦ ਬੈਸਟ ਸਾਨੂੰ ਵਧੀਆ ਤੋਂ ਵਧੀਆ ਟੀਚਰਸ ਤੁਹਾਨੂੰ ਪੜ੍ਹਾਉਣ ਲਈ ਸੈੱਟੇ ਰੱਖੇ ਹੋਏ ਆਂ ਐਂਡ ਜਿਹੜੀ ਫੀਸ ਹੈ ਇਸ ਦ ਲੀਸਟ ਉਹ ਐਸਲੀ ਲੀਸਟ ਹੈ ਪਰ ਤੁਸੀਂ ਮੈਨੂੰ ਕਹੋਗੇ 10000 ਰੁਪਈਆ ਪੂਰੇ ਸਾਲ ਦੀ ਫੀਸ ਤੱਕ ਨਹੀਂ ਪੰਦਾ ਅਸੀਂ ਸਾਲ ਨਹੀਂ ਪੜਾਣਾ ਤੁਹਾਨੂੰ ਅਸੀਂ ਜਲ ਤੋਂ ਜਲਦ ਹਾਈਲਾਈਟਸ ਕਰਾ ਕੇ ਤੁਹਾਡੇ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ बिकॉज़ ਨਾਰਮਲੀ ਮੇਰੇ ਕੋ ਬੱਚੇ ਬੜੇ ਹਤਾਸ਼ ਹੋ ਕੇ ਆਂਦੇ ਕਿ ਸਰ ਮੈਂ 6 ਮਹੀਨੇ ਦੀ ਫੀਸ 50000 ਦੇ ਦਿੱਤੀ ਮੈਂ 6 ਮਹੀਨੇ ਦੀ ਫੀਸ ਆਖੀ ਕਿੰਨੇ ਲੱਖ ਰੁਪਈਆ ਵੀ ਹੈਗੀ 6 ਮਹੀਨੇ ਦੀ ਫੀਸ ਮੈਂ ਲੱਖ ਰੁਪਇਆ ਦੇ ਦਿੱਤੀ ਫੇਰ ਵੀ ਮੇਰੇ ਬੈਂਡ ਨਹੀਂ ਆਏ ਸੋ ਲਾਲਚ ਕੋਈ ਨਹੀਂ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਸੋ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹੈ ਕਿ ਤੁਹਾਨੂੰ ਇੱਕ ਸਹੀ ਗਾਈਡੈਂਸ ਦਿੱਤੀ ਜਾਵੇ ਸੋ ਆਇਲਟਸ 10000 ਫੀਸ ਰੱਖਣ ਦਾ ਪੂਰੇ ਸਾਲ ਦਾ ਇਹੀ ਮੋਟੋ ਹੈ ਕਿ ਬੱਚਿਆਂ ਨੂੰ ਇੱਕ ਸਹੀ ਗਾਈਡੈਂਸ ਦਿੱਤੀ ਜਾਵੇ ਇੱਕ ਸਹੀ ਤਰੀਕੇ ਪੜਾਇਆ ਜਾਵੇ ਔਰ ਜਲ ਤੋਂ ਜਲਦ ਆਇਲਟਸ ਕਰਕੇ ਉਹ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕੇ ਨਾ ਕਿ ਇੱਥੇ ਹੀ 6 ਮਹੀਨੇ ਸਾਲ ਆਇਲਟਸ ਕਰਦੇ ਰਹਿਣ ਬਿਕੋਜ਼ ਜਿਹੜੇ ਸੈਂਟਰ ਚ ਤੁਸੀਂ ਪੜਨ ਜਾਂਦੇ ਹੋ ਉਹਨਾਂ ਦਾ ਮੋਟੋ ਬਾਹਰ ਭੇਜਣਾ ਨਹੀਂ ਹੈਗਾ ਉਹਨਾਂ ਦਾ ਮੋਟੋ ਹੈ ਕਿ ਤੁਸੀਂ ਉੱਥੇ 6 ਮਹੀਨੇ ਸਾਲ ਆਇਲਟਸ ਕਰਦੇ ਰਹੋ ਸੋ ਸਾਡਾ ਉਹ ਮੋਟੋ ਨਹੀਂ ਹੈਗਾ ਇਸੇ ਲਈ ਸਾਡੀ ਜਿਹੜੀ ਫੀਸ ਹੈ ਉਹ 10000 ਰੁਪੀਆ ਹੈ ਪੂਰੇ ਸਾਲ ਦੀ ਸਾਡੇ ਸੈਂਟਰ ਚੰਡੀਗੜ੍ਹ ਸੈਕਟਰ 17 ਔਰ ਮੁਹਾਲੀ ਵਿੱਚ ਹੈ ਤੁਸੀਂ ਸਾਡੇ ਸੈਂਟਰ ਚ ਵਿਜ਼ਿਟ ਕਰੋ ਡੈਮੋ ਲਓ ਚੰਗਾ ਲੱਗਦਾ ਤਾਂ ਪੜੋ ਨਹੀਂ ਚੰਗਾ ਲੱਗਦਾ ਤਾਂ that is your wish but call us for ilets 9041057342 ਤਾਂ ਕਿ ਸਾਡੇ ਮੈਨੇਜਰ ਨਾਲ ਤੁਹਾਡੀ ਗੱਲਬਾਤ ਹੋ ਸਕੇਓ ਤੁਸੀਂ ਆਇਲਟਸ ਨੂੰ ਰੋਲ ਕਰ ਸਕੋ ਕਿਉਂਕਿ ਤੁਹਾਨੂੰ WhatsApp ਵੀ ਕਰ ਸਕਦੇ ਹੋ 9041390412 ਤੇ ਐਂਡ ਸਾਡੇ ਨੀਰੈਸਟ ਆਫਿਸ ਵਿਜ਼ਿਟ ਕਰਕੇ ਆਪਣੇ ਸਾਰੇ ਡਾਊਟਸ ਤੁਸੀਂ ਕਲੀਅਰ ਕਰ ਸਕਦੇ ਹੋ ਮੈਨੂੰ ਮਿਲਣਾ ਚਾਹੁੰਦੇ ਹੋ ਸੋ ਮੈਂ ਮੋਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਹੀ ਹਾਂ ਜਿਆਦਾਤਰ ਆਉਣ ਵਾਲੇ ਸੈਮੀਨਾਰ ਜਿਹੜੇ 5 ਜੂਨ ਤੋਂ ਸਾਡੇ ਹੋਣ ਵਾਲੇ ਆ ਹੋਟਲ ਅਰੋਮਾ 6 ਜੂਨ ਨੂੰ ਲੁਧਿਆਣਾ ਹੋਟਲ ਗਰੇਵਾਲਸ 9 ਜੂਨ ਨੂੰ ਅੰਮ੍ਰਿਤਸਰ ਹੋਟਲ ਐਚ ਕੇ ਕਲਰਕਸ ਐਂਡ 10 ਜੂਨ ਨੂੰ ਸਾਡਾ ਸੈਮੀਨਾਰ ਹੋਣ ਜਾ ਰਿਹਾ ਜਲੰਧਰ ਹੋਟਲ ਮਾਇਆਚ ਇਹਨਾਂ ਦਾ ਹਿੱਸਾ ਬਣੋ ਆਪਣੇ ਡਾਊਟਸ ਸਾਰੇ ਕਲੀਅਰ ਕਰੋ ਐਂਡ ਜ਼ਰੂਰ ਇੱਕ ਪ੍ਰੋਪਰ ਗਾਈਡੈਂਸ ਦੇ ਨਾਲ ਆਪਣਾ ਬਾਹਰ ਜਾਣ ਦਾ ਸੁਪਨਾ ਜਿਹੜਾ ਹੈਗਾ ਉਹ ਪੂਰਾ ਕਰੋ